ਸਾਕ ਭਾਈ ਨੇ ਸ਼ਾਦੀ ਵੀ ਆਈ ਹੈ ਠੀਕ ਹੈ ਜੈਸਾ ਕਿ ਸਾਰੇ ਭੈਣਾਂ ਭਰਾ ਨੂੰ ਪਤਾ ਆਇਆ ਹੈ ਨੀ ਭੈਣਾਂ ਬਾਣੇ ਜ਼ਰੂਰਤ ਹੀ ਕੋਈ ਸਾਕ ਭਾਈ ਕਦੋਂ ਤੱਕ ਸ਼ਾਦੀ ਕਰੀ ਦਿਓ ਜੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਮੈਂ ਨੁਮਾਨ ਮੁਗਲ ਉਸ ਨੂੰ ਕਿਰੇ ਆਪਣਾ ਫੈਮਿਲੀ ਯੂਟਿਊਬ ਚੈਨਲ ਨੁਮਾਨ ਮੁਗਲ ਓਫੀਸ਼ੀਅਲ ਉਮੀਦ ਕਰਨਾ ਠੀਕ ਠਾਕ ਹੋ ਸੋ ਹਰੀ ਤਨਾ ਸੋ ਅੱਲਾਹ ਤਾਲਾ ਨੇ ਹਿਫਜ਼ ਹੋ ਮਾਨੇ ਚ ਸੋ ਜਨਾਬ ਬਿਸਮਿਲ੍ਲਾਹਿਰ ਪੜਦਾ ਜਨਾਬ ਵਲੋਗ ਕਰਨੇ ਜੀ ਸ਼ੁਰੂ ਅੱਜ ਜਨਾਬ ਜਿਹੜਾ ਸਾਡਾ ਸਫ਼ਰ ਹੈ ਉਹ ਹੈ ਜੀ ਕੋਟਲੀ ਦੀ ਤਰਫ ਇਸ ਟਾਈਮ ਜਨਾਬ ਆਪਣੇ ਸਟਾਪ ਪਰ ਮੌਜੂਦ ਹਾਂ ਪਲਾਕ ਜਨਾਬ ਅਤੇ ਇੱਥੋਂ ਜਨਾਬ ਅਸਾਂ ਕੋਟਲੀ ਦੀ ਤਰਫ ਜਾਣਾ ਵਾ ਸਾਕ ਭਾਈ ਦੇ ਨਾਲ ਅਤੇ ਉਹ ਉਹਨਾਂ ਨੇ ਵੇਟ ਕਰਨਾ ਪਿਆ ਬਸ ਥੋੜ੍ਹੇ ਟਾਈਮ ਤੋਂ ਬਾਅਦ ਉਹ ਆਈ ਜਾਸਨ ਉਹ ਅੱਛੇ ਤਾਂ ਫਿਰ ਇਨਸ਼ਾਅੱਲਾ ਕੋਟਲੀ ਸਫ਼ਰ ਕਰਨੇ ਆ ਅੱਜ ਇਨਸ਼ਾਅੱਲਾ ਸਾਡਾ ਵਲੋਗ ਕਾਫ਼ੀ ਇੰਟਰਸਟਿੰਗ ਹੋਣੇ ਵਾਲਾ ਅਸੀਂ ਪਸੰਦ ਸੀ ਅੱਜ ਆ ਵਲੋਗ ਸ਼ੁਰੂ ਕਰੇ ਪਹਿਲੇ ਤੁਸੀਂ ਸੱਚ ਲੈ ਕੇ ਜਨਾਬ ਸਬਸਕ੍ਰਾਈਬ ਕਰੋ ਸ਼ੁਰੂ ਕਰਨੇ ਆ ਅੱਜ ਇੰਟਰਸਟਿੰਗ ਵਲੋਗ ਜਨਾਬ ਸਾਕ ਭਾਈ ਆਈ ਗਏ ਨਾ ਹੁਣ ਜਨਾਬ ਸਫ਼ਰ ਨਾਲ ਆਗਾਜ਼ ਕਰਦੇ ਹਾਂ ਅਸਲਾਮ ਅਲੈਕੁਮ ਬਰਾਬਰ ਆਈ ਗਏ ਚਲੋ ਕਿਆ ਹੋ ਸਕਣਾ ਬਾਕੀ ਹੋਰ ਸੁਣਾਓ ਕਿਆ ਗੱਪਾਂ ਹੋਈਆਂ ਬਸ ਗਰਮੀ ਹੈ ਗਰਮੀ ਏਸੀ ਚ ਪਿਓ ਗਰਮੀ ਏਸੀ ਚੱਲਣਾ ਪਿਆ ਜੀ ਹਾਂ ਪਿਛਲੇ ਦਿਨ ਜਦੋਂ ਜਾਣੇ ਰਿਹਾ ਤਾਂ ਏਸੀ ਨਹੀਂ ਸੀ ਚੱਲਣਾ ਹੋਣਾ ਲੇਕਿਨ ਹੁਣ ਚੱਲਣਾ ਹੁਣ ਅਸਲ ਦਿਹਾੜੇ ਹੀ ਹੋਣਾ ਏਸੀ ਲੈਣਾ ਵੀ ਚੱਲਣਾ ਹੋਣਾ ਸੀ ਮੈਂ ਚਲਾਣਾ ਨਾ ਸੌਣਾ ਮੈਂ ਹਰ ਮੁਮਕਿਨ ਕੋਸ਼ਿਸ਼ ਕੀਤੀ ਸੀ ਅਵੋਇਡ ਕਰਨਾ ਹੈ ਲੇਕਿਨ ਜਿੰਨੂੰ ਜਿਹੜੀ ਗਰਮੀ ਤੋਂ ਬਈ ਵੱਡੀ ਹੈ ਨਾ ਬਾਬੇ ਜੀ ਜੀ ਬਿਲਕੁਲ ਜਿੰਨੂੰ ਏਸੀ ਤੋਂ ਬਗੈਰ ਸੌਣਾ ਇਹ ਹੈ ਗੱਲ ਬਾਕੀ ਜਨਾਬ ਸਫ਼ਰ ਜਾਰੀ ਹੈ ਚੈੱਕ ਕਰ ਸਕਦੇ ਹੋ ਅੱਜ ਨਾ ਮੌਸਮ ਠੀਕ ਹੀ ਕਹਿਣੇ ਮੌਸਮ ਠੀਕ ਆ ਜੀ ਅੰਦਰ ਤੇ ਏਸੀ ਲਗਾ ਹੋਇਆ ਸੱਚੀ ਗੱਲ ਬਾਣੀ ਇਹ ਹੈ ਗੱਲ ਹੈ ਬਾਕੀ ਅੰਦਰ ਗੱਡੀ ਨੇ ਏਸੀ ਲਗਾਇਆ ਤਾਂ ਬਾਹਰ ਵੀ ਚੰਗਾ ਹੀ ਲੱਗਣਾ ਵਾ ਕਿ ਮੌਸਮ ਠੀਕ ਹੈ ਹਾਲਾਂਕਿ ਬਾਹਰ ਫਿਰੋ ਤਾਂ ਗਰਮੀ ਕਾਫੀ ਜ਼ਿਆਦਾ ਆ ਤੇ ਬਾਕੀ ਜਨਾਬ ਅੱਗੇ ਚੱਲਨੇ ਆ ਫਿਰ ਤੁਸੀਂ ਨਾਲ ਸਿਚੁਏਸ਼ਨ ਦੱਸਨੇ ਆ ਜੀ ਜਨਾਬ ਕੋਟਲੀ ਲਈ ਰੋਡਾਂ ਪਰ ਪਈ ਗਈਆਂ ਜਨਾਬ ਇਹ ਜਨਾਬ ਤੱਕੀ ਸਕਦੇ ਹੋ ਗੱਡੀ ਜਾਣੀ ਪਈ ਆ ਕੋਟਲੀ ਸਾਈਡ ਤਾਂ ਭਾਈ ਹੋਰ ਤੱਕੋ ਕਿੱਥੇ ਲਾਉਂਗੇ ਫਿਰ ਕਦੇ ਛੱਤਾਂ ਪਰ ਜਾਣੇ ਫਿਰ ਲਈ ਛਣੇ ਪਤਾ ਨਹੀਂ ਕਿਆ ਕਰਨਾ ਜਾਣੇ ਨਾ ਅੱਜ ਇਹ ਮਾੜੇ ਹਾਲੇ ਕੰਡਕਟਰ ਹੀ ਹੈ ਨਾ ਜਨਾਬ ਜਨਾਬ ਸਫ਼ਰ ਸਾਹ ਜਾਰੀ ਹੈ ਜਨਾਬ ਇਸ ਟਾਈਮ ਨਾੜ ਬਾਜ਼ਾਰ ਚ ਗੁਜ਼ਰਨੇ ਪਏ ਆ ਤੇ ਬਾਕੀ ਜਨਾਬ ਮਾਸ਼ਾਅੱਲਾ ਸਾਕ ਭਾਈ ਨੇ ਸ਼ਾਦੀ ਵੀ ਆਈ ਹੈ ਠੀਕ ਹੈ ਜੈਸਾ ਕਿ ਸਾਰੇ ਭੈਣਾਂ ਭਰਾ ਨੂੰ ਪਤਾ ਆਇਆ ਹੈ ਭੈਣਾਂ ਬਾਣੀ ਜ਼ਰੂਰਤ ਹੀ ਕੋਈ ਨੀ ਸਾਕ ਭਾਈ ਕਦੋਂ ਤੱਕ ਸ਼ਾਦੀ ਕਰੀ ਦਿਓ ਸ਼ਾਦੀ ਇਨਸ਼ਾ ਅੱਲਾ ਅਕਤੂਬਰ ਨਹੀਂ ਕੋਈ ਡੇਟ ਸੈਟ ਕਰ ਸਕਦਾ ਅਕਤੂਬਰ ਵਿੱਚ ਅੱਛਾ ਕਿਸ ਤਰੀਕੇ ਨਾਲ ਸ਼ਾਦੀ ਕਰ ਸੋ ਸਿੰਪਲ ਜਾਂ ਮਤਲਬ ਕਿਸ ਤਰੀਕੇ ਨਹੀਂ ਕੋਣੀ ਨਾ ਸਿੰਪਲ ਹੋਣੀ ਅੱਜ ਕੱਲ੍ਹ ਲੋਕ ਜੀ ਬੜੇ ਨਹੀਂ ਹੁਣ ਤਾਂ ਕੋਈ ਟੋਰ ਟਾਣਾ ਕਰਨੇ ਮੈਂ ਸਪੇਸ ਜੀ ਦੀ ਸ਼ਾਦੀ ਕਰਾਂ ਮਰੀਖ ਵਿੱਚ ਨਹੀਂ ਨਹੀਂ ਮਤਲਬ ਸਹੀ ਧੂਮ ਧਾਮ ਨਾਲ ਲਿਕਾਣੇ ਸ਼ਾਦੀ ਕੋਣੀ ਵੈਰੀ ਸਿੰਪਲ ਠੀਕ ਹੈ ਐਸੇ ਸਵਾਲ ਸੁਣਾ ਚਲੋ ਅੱਛਾ ਅੱਜ ਕੱਲ੍ਹ ਹਾਲਾਤ ਵਾਕਿਆ ਦੇ ਬੰਦੇ ਨਜ਼ਰ ਹੈ ਲੇਕਿਨ ਬੇਸਿਕਲੀ ਮਾੜੀ ਜਿਹੀ ਪਰਸਨਲ ਖਾਹਿਸ਼ ਹੋਣੀ ਹਰ ਬੰਦੇ ਨੇ ਆਪਣੇ ਆਪਣੇ ਚਲੋ ਇੱਕ ਹੋਣੀ ਹੈ ਠੀਕ ਹੈ ਮਾੜੀ ਜਿਹੀ ਪਰਸਨਲ ਖਾਹਿਸ਼ ਹੋਣੀ ਹੈ ਕਿ ਸ਼ਾਦੀ ਹਮੇਸ਼ਾ ਉਹ ਹੀ ਹੋਣੀ ਹੈ ਜਿਸ ਨੇ ਤੁਸਾਂ ਬਦਲ ਦਾ ਖੁਦ ਵੀ ਕੁਛ ਵੀ ਹੋ ਔਰ ਤੁਸਾਂ ਦੀ ਜਿਹੜੀ ਫੈਮਿਲੀ ਹੈ ਸਾਰੀ ਉਹ ਵੀ ਕੁਛ ਨਾ ਕੁਛ ਹੋਵੇ ਗੱਲ ਚੰਗੀ ਕੀਤੀ ਨਾ ਡਿਪੈਂਡ ਕਰਨਾ ਖੁਸ਼ੀ ਪੈਸੇ ਨਾਲ ਨਾ ਬਾਏ ਕਰ ਸਕਣਾ ਹੈ ਆਪਣੀ ਜਾਨ ਨਹੀਂ ਫਾਦਤ ਆਪੇ ਕਰੋ ਗਵਰਨਮੈਂਟ ਪਰ ਜਾਂ ਕਿਸੇ ਅਦਾਰੇ ਪਰ ਬਲੇਮ ਕਰਸੋ ਵੀ ਤੇ ਵਿੱਚੋਂ ਕਹਿਣੀ ਕਰਸ ਇਹ ਗੱਲ ਹੈ ਇਹ ਤਾਂ ਇਨਸਾਫ ਵਾਲੀ ਕਹਾਣੀ ਕੋਈ ਨਹੀਂ ਪਰ ਲੈ ਕੇ ਆਪਣੀ ਇਤਿਆਦ ਆਪੂ ਕਰੇ ਆਪੂ ਕਰਨੀ ਚਾਹੀਦੀ ਹੈ ਤਾਂ ਬਾਕੀ ਜਨਾਬ ਜੈਸਾ ਕਿ ਸਾਨੂੰ ਡੇਟ ਵਗੈਰਾ ਪਾਈ ਹੋਣੀ ਨੇ ਤਾਂ ਬਾਕੀ ਮਾਸੂਮ ਸ਼ਾਦੀ ਹੈ ਮਾਸੂਮ ਸ਼ਾਦੀ ਤੋਂ ਬਾਅਦ ਚੁੱਕਾ ਅੱਛਾ ਮਾਸੂਮ ਸ਼ਾਦੀ ਤੋਂ ਬਾਅਦ ਦੀ ਪਹਿਲੇ ਮਾਸੂਮ ਅਦਰੀ ਸਾਹਿਬ ਨੇ ਸ਼ਾਦੀ ਹੋਈ ਸੀ ਫਿਰ ਨਾਲ ਇਹ ਨਣੀ ਨਾਲ ਹੀ ਬਾਉਂਡ
अगस्त सितंबर अक्टूबर यानी कि अगस्त तक तो चलने लें 14 अगस्त की आजादी उन्होंने ही है अच्छा मतलब अगर अक्टूबर ही तो सा है नहीं अक्टूबर के अगर ऐसा भी सोचा है नहीं सोचो ना मैं सोचना चाहिए टाइम काफी हो गया ना सोची कि नो अच्छा मैं सोचा सोच रहे हो सो ना ना अजय कोई सोचा शुरू नहीं किया अजय शुरू नहीं किया हुन कोई सोचसा नहीं सोचो सर जी मैं तो हुन ही आ सा सोचो अगर चाचा मारे वीडियो तकने लगे तो उनकी की बात में आ सा कड़े चाचा वीडियो तकने बुजुर्ग सुने उन्हें मैं ये बात सा चाचा भी होनी थी सोचो सोचा चलो इंशाल्लाह कुछ करने होना सा मैं ना तुसा अक्टूबर च फारक होया ते नाल नाल असा भी चलो इंशाल्लाह शादी है के पहले मास्टर ने कोटली छोड़ी पिंडी जुने कोटली पता नहीं अच्छा इधर पिंडी रोड है पिंडी लारा सरकार तो साडी अपनी है जनाब फाइनली कोटली इंटर हो चुके हैं जनाब कितना टाइम लगा उसी इतको जनाब बोर्ड वेलकम टू कोटली कितना टाइम लगा उसे पहले भी बहुत इसकी क्या है इसी पे मारो खाए अगर वीडियो को तक याद है क्या लोग नहीं रहा क्या कहता से कोई तगड़े सुने नहीं रोड भी मैं रोड ही तो इंटर होने लगा हुआ तो अल्लाह ने पता कम से कम पीछे करता पता नहीं क्या होना पे आज दो तीन जगह इतना शुरू हो गया पता नहीं क्या वजह दो तीन जगह ऐसा होया लोग अगर गड़िया बाड़िया ने अचानक पता नहीं क्या होया ना कोटली सचना थी वैसे भी सचना जनाब सब नो ज्यादा मशहूर दरबार है कोटली ने अंदर पाकिस्तान तो जनाब बंदे इस दरबार पर रशने बहुत ही मशहूर है क्या नहीं जी जी इतो जनाब गुजरने पे जनाब रेस्ट अगी सकने कोटली शहीद चौक ने कोल ही जी बहु रश है ਨਲੇ ਕੋਟਲੀ ਨੇ ਕਿਹਾ ਕਿ ਪਾਰਕਿੰਗ ਨਿਜ਼ਾਮ ਕੋ ਨਹੀਂ ਥੈ ਜੀ ਜਿਹੜਾ ਬੰਦਾ ਸਿਆ ਨਾ ਰੋਡਾ ਉਹਨੇ ਰੋਡ ਚੈੱਕ ਕਰੋ ਤੁਸੀਂ ਇਹ ਦੋ ਰੋਡਾਂ ਬਿਹਤਰੀਨ ਕਿਸਮ ਦੀਆਂ ਲੇਕਿਨ ਨਾ ਗੱਡੀਆਂ ਇਹ ਸਾਈਡ ਖਲਦੀ ਹੈ ਮੇਰੇ ਸਾਈਡ ਮੋਟਰਸਾਈਕਲ ਖਲਦੇ ਹੋਏ ਬੰਦੇ ਵੀ ਆਏ ਜੀ ਤਾਂ ਔਰ ਗੱਡੀਆਂ ਦੇ ਕੋਲ ਲੱਲੀਆਂ ਬਲੱਲੀਆਂ ਜਿਹੇ ਖਲੇ ਰੋੜੇ ਲਾਏ ਹਾਂ ਤਾਂ ਕੋਲ ਪਾਰਕਿੰਗ ਨਿਜ਼ਾਮ ਕੋ ਨਹੀਂ ਥੈ ਨਾ ਇੱਥੇ ਅਚਨਾ ਮੈਂ ਸ਼ਾਪਿੰਗ ਕਰਦੀ ਮੈਂ ਨਾ ਜਾਂ ਪਿਆਦਾ ਲੱਜੋ ਜਾਂ ਗੱਡੀ ਕੋਤੇ ਹਾਈਵੇ ਪਰ ਖਲੇ ਰੱਖਿਆ ਕਰੀ ਛੋ ਰੱਖਿਆ ਕਰਦਾ ਛੋ ਪਾਰਕਿੰਗ ਇੱਥੇ ਪਾਰਕਿੰਗ ਨਿਜ਼ਾਮ ਕੋ ਨਹੀਂ ਸਰਦਾ ਵਿਊ ਸਵੀਟਸ ਐਂਡ ਬੇਕਰਸ ਜਨਾਬ ਬੇਕਰੀ ਹੈ ਇੱਥੇ चेक करी कि लगे हुए मसला जी है केक किन्ना है ठीक है समान वगैरह ना जरा कि किन्ना है ले वापस गड्डी को जनाब लारी अड्डा इतों गुजरने पे मौसम ठीक नहीं हो गया
फिर गल हो कोटली नहीं आई जानी कोटली सोना नाले मौसम ही सोना आई है जनाब दो बंदे ने इन्हें मिलना है ठीक है गड़ी था पार की है चलने उन्हें मिलने जनाब ए प्रोजेक्ट प्रोजेक्ट इंजीनियर साहब जनाब क्या हाल है ठीक हो बहुत शुक्रिया जुनेद भाई क्या हाल है ठीक हो ठीक है माशाल्लाह जी माशाल्लाह और जनाब इंजीनियर साहब क्या गप माशाल्लाह जनाब ऑर्डर वगैरह किया आई चुका पिज्जा और नाल फ्राइज वगैरह इंजीनियर साहब जी चलो जनाब बिस्मिल्ला करो शुरू करो जनाब खाने पीने फिर निकलसा जी घर क्या गल है ना जनाब खाधा पीता है जनाब रेस्टोरेंट च क्या नाम जनेद भाई सुना बार वाइट मारो क्या बार पी तो वाइट मारो बार पी तो वाइट मारो बाकी खाई पीता हूं अलविदा होने जनाब ठीक है जनाब वापस आई गए जी पलाक इंटर हो गए जनाब बहुत ही जबरदस्त रहा आज ना सफर माड़ा था सक पाई ना मजा आया ना जिथे मर्जी बंदा दुनिया ने कोने लगे लेकिन बंदा अपना इलाका कदे नहीं भूली सकना जिथे बसो उहै कश्मीर बाकी जनाब वापस आई गए हुण इत्थे असां करने आं अपने व्लॉग ना एंड तुसीं व्लॉग पसंद आया अपने भैणां भरावां बुजुर्गां दोस्तां नूं शेयर करे जिन्हें भैन भ्रावान सच लगे नहीं सबसक्राइब किए तो जनाब सबसक्राइब करो मैं सह एक नए विलाग अपना बहुत सारा गया मैं दुआ में याद रखे अल्लाह सुनने वाला।